ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣਿਆਂ ਦਾ। ਤਾਂ ਅੱਜ ਨਾ ਮੈਂ ਨਾ ਮਿਲਣ ਜਾ ਰਿਹਾ ਆਪਣੇ ਬੜੇ ਪੁਰਾਣੇ ਦੋਸਤ ਬੋਬੀ ਨੂੰ, ਜਿਹੜਾ ਕਿ ਯੂਪੀ ਚਲ ਗਿਆ ਸੀ ਕਾਫੀ ਟਾਈਮ ਪਹਿਲਾਂ ਹੀ, ਮਤਲਬ ਹੁਣ ਚੇਤਾ ਨਹੀਂ ਆਉਂਦਾ ਮੈਨੂੰ ਕਿੰਨੇ ਚਿਰ ਪਹਿਲਾਂ ਹਨ, ਇੰਨਾ ਪਤਾ ਕਿ ਅੱਧੇ ਸਾਲ ਤੋਂ ਉੱਤੇ ਹੋ ਗਿਆ। ਅਤੇ ਅੱਜ ਉਹ ਆਇਆ ਵਾ ਅਤੇ 3 ਵਜੇ ਉਹ ਘਰ ਪਹੁੰਚਿਆ ਵਾ, ਅਤੇ ਹੁਣ ਨਾ 4 ਹੀ ਵੱਜੇ, ਠੀਕ ਹੈ। ਤਾਂ ਆਪਾਂ ਉਹਨੂੰ ਮਿਲਣ ਚੱਲੇ ਫਟਾਫਟ। ਵੈਸੇ ਉਹ ਕਹਿੰਦਾ ਥੱਕ ਗਿਆ, ਮੈਂ ਨਹੀਂ ਆਉਣਾ, ਪਰ ਮੈਂ ਕਿਹਾ ਕਿਵੇਂ ਨਹੀਂ ਆਉਣਾ, ਮੈਂ ਲੈਣ ਆ ਰਿਹਾ। ਬਾਕੀ ਯਾਰ ਉਹ ਨਾ ਹੁਣ ਮੈਂ ਉਹਨੂੰ ਕਿਹਾ ਤਾਂ ਹੈਗਾ ਵਾ ਕਿ ਤਿਆਰ ਸ਼ਿਆਰ ਹੋ ਗਏ ਆਈਂ, ਆਪਾਂ ਫੋਟੋ ਵਗੈਰਾ ਖਿੱਚਣ ਚੱਲਾਂਗੇ। ਮੈਨੂੰ ਨਹੀਂ ਪਤਾ ਕਿਵੇਂ ਦੇ ਕੱਪੜੇ ਪਾ ਕੇ ਆ ਰਿਹਾ, ਬਟ ਮੇਰੇ ਵੱਲੋਂ ਮੈਂ ਤਾਂ ਤਿਆਰ ਹੋਇਆ ਵਾ, ਮੈਂ ਉਹਨੂੰ ਵੀ ਕਿਹਾ ਤਿਆਰ ਹੋ ਗਿਆ ਸੀ, ਕਾਫੀ ਸਾਰੀਆਂ ਫੋਟੋ ਖਿੱਚਾਂਗੇ, ਮਤਲਬ ਹੁਣ ਇਹਦੇ ਨਾਲ ਬਾਅਦ ਮਿਲਿਆ ਅਤੇ ਫਿਰ ਇੰਸਟਾਗ੍ਰਾਮ ਲਈ ਸਟੋਰੀਆਂ ਵੀ ਚਾਹੀਦੀਆਂ। ਐਂਡ ਯਾਰ ਹੁਣ ਇਹਨਾਂ ਨੇ ਨਾ ਇੱਥੇ ਇੱਕ ਬੜੀ ਹਾਸੇ ਵਾਲੀ ਗੱਲ ਹੋਈ ਕਿ ਮੈਂ ਨਾ ਇੱਧਰ ਹੱਥ ਰਿਹਾ ਆਇਆ ਨਾ, ਇੱਕ ਬੰਦਾ ਮੇਰੇ ਲਾਗੇ ਰੈਂਡਮ ਬੰਦਾ ਆਇਆ, ਐਂਡ ਉਹ ਕਹਿ ਰਿਹਾ ਵੀਰੇ ਯੂਵੀ ਕਿੱਥੇ ਆ। ਮੈਨੂੰ ਲੱਗਦਾ ਉਹਨੇ ਕਹੀ ਉਹ ਸਮਝ ਲਿਆ ਮੈਨੂੰ, ਹੁਣ ਨੋਰਮਲ ਬੰਦੇ ਦੇ ਮੂੰਹੋਂ ਕੀ ਨਿਕਲਣਾ ਜਾਂਦੇ ਕਿਹੜਾ ਯੂਵੀ। ਮੈਂ ਪਤਾ ਕੀ ਕਹਿ ਰਿਹਾ ਉਹਨੂੰ, ਉਹ ਘਰੇ ਚਾਹ ਪੀਂਦੇ, ਮਤਲਬ ਨਾ ਮੈਂ ਜਾਣ ਨਾ ਪਹਿਚਾਣ, ਮੈਂ ਉਹਨੂੰ ਸਾਰੀ ਇਨਫੋਰਮੇਸ਼ਨ ਦੇ ਰਿਹਾ, ਉਹ ਘਰੇ ਚਾਹ ਪੀ ਰਿਹਾ, ਉਹ ਬੰਦਾ ਵੀ ਨਾਮ ਨਾਲ ਤੁਰ ਪਿਆ ਵਾ, ਕੀ ਹੁੰਦਾ ਯਾਰ ਮੇਰੇ ਨਾਲ ਕਦੀ ਕਦੀ। ਤਾਂ ਯਾਰ ਸਭ ਤੋਂ ਪਹਿਲਾਂ ਹੀ ਸੋਚਿਆ ਚਲੋ ਯਾਰ ਬਰਗਰ ਖਾ ਲਈਏ, ਫਿਰ ਘੁੰਮਾਂਗੇ, ਨਹੀਂ ਐਨਰਜੀ ਹੋਣੀ ਚਾਹੀਦੀ ਕੋਲ, ਹੈ ਨਾ। ਤਾਂ ਯਾਰ ਹੁਣ ਨਾ ਅਸੀਂ ਬਰਗਰ ਖਾ ਗਏ ਅਤੇ ਬਾਹਰ ਨਿਕਲੇ ਹਾਂ, ਐਂਡ ਆਏ ਆਪਣਾ ਬੋਬੀ, ਠੀਕ ਹੈ, ਤੁਸੀਂ ਸਾਰਿਆਂ ਨੇ ਮਿਲੋ। ਪਹਿਲੇ ਤਾਂ ਅਸੀਂ ਜਾਣਦੇ ਹੀ ਹੋ ਗਏ ਜਿਹੜੇ ਆਪਣੇ ਪੁਰਾਣੇ ਬੰਦੇ ਹੈ ਨਾ। ਹੈਲੋ ਗਾਇਸ, ਤੇ ਆਹੋ ਇਹ ਆ ਗਏ ਹੁਣ, ਅਤੇ ਅਸੀਂ ਹੁਣ ਨਾ ਜਾ ਰਹੇ ਹਾਂ ਪੋਹਰ ਸਾਹਿਬ, ਠੀਕ ਹੈ। ਉੱਥੇ ਇੱਕ ਤਾਂ ਅਸੀਂ ਮੱਥਾ ਟੇਕ ਆਵਾਂਗੇ, ਦੂਜਾ ਉੱਥੇ ਇੱਕ ਵਧੀਆ ਫੋਟੋ ਸ਼ੂਟ ਵੀ ਕਰਾਂਗੇ, ਬਹੁਤ ਮਜ਼ੇ ਆਊਗਾ। ਅਤੇ ਬਸ ਇੱਥੋਂ ਤੁਰਦੇ ਹਾਂ, ਫਟਾਫਟ ਨਿਕਲਦੇ ਹਾਂ ਅਤੇ ਉੱਥੇ ਪਹੁੰਚਦੇ ਹਾਂ। ਯਾਰ ਹੁਣ ਨਾ ਆਪਾਂ ਇੱਥੋਂ ਜਾਣਦੇ ਤਾਂ ਆਪਣਾ ਇੱਥੇ ਨਾ, ਮੈਂ ਰੋਜ਼ ਸਾਈਕਲ 'ਤੇ ਨਾ ਅੱਜ ਮੈਂ ਇੱਦਾਂ ਤੁਰ ਕੇ ਆਇਆ ਗੁਰੂਆ, ਆ ਜਗ੍ਹਾ ਦੇ ਬਾਅਦ ਘੱਟਾ ਘੁੱਟਾ ਜਾ ਕਿਤੇ ਨਿਕਲ ਜਾਈਦਾ, ਇੱਕਦਮ ਫਟਾਫਟ ਉੱਠਦੇ ਸਪੀਡ 'ਤੇ। ਅੱਜ ਵੇਖ ਕਿੰਨਾ ਇੱਧਰੋਂ, ਚਲੋ ਕੋਈ ਨਹੀਂ, ਫਿਰ ਆਪਾਂ ਫਟਾਫਟ ਨਿਕਲਦੇ ਹਾਂ। ਮੈਨੂੰ ਧੁੰਦ ਜੀ ਬੜੀ ਜ਼ਿਆਦਾ ਇਸ ਵੇਲੇ ਹੋ ਗਈ, ਉਹ ਮੈਂ ਸੋਚਿਆ ਸੀ ਇੱਥੇ ਨਾ ਜਾਵਾਂਗੇ ਅਤੇ ਹੁਣ ਚਿਰ ਤੱਕ ਰੋਸ਼ਨੀ ਹੋ ਗਈ, ਫੋਟੋ ਖਿੱਚਾਂਗੇ, ਪਰ ਕਹਿੰਦੇ ਸ਼ਾਮ ਹੋ ਗਈ ਅੱਜ। ਲਓ ਯਾਰ ਪਹੁੰਚ ਗਿਆ ਆਪਾਂ ਗੁਰਦੁਆਰੇ, ਐਂਡ ਲੋਕੀ ਸਾਰਿਆਂ ਨੇ ਆਹ ਕਿਹੜਾ ਬੋਰਡ ਵੇਖਣ ਦੇ, ਕੁਸ਼ਤੀ ਮੁਕਾਬਲੇ, ਵੇਖੋ ਵੇਖੋ ਵਧੀਆ ਗੱਲ ਹੈ। ਤਾਂ ਯਾਰ ਹੁਣ ਨਾ ਅਸੀਂ ਨਾ ਇੱਥੇ ਪਹੁੰਚੇ, ਐਂਡ ਉਹ ਸਾਈਡ 'ਤੇ ਦੇਖੋ ਕਹਿੰਦੇ ਕੀ ਬੈਰੀਅਰ ਵਗੈਰਾ ਲਾਏ ਹੋਏ ਪੂਰੇ, ਅਤੇ ਬੜਾ ਕੁਝ ਹੋਇਆ ਪਿਆ ਵਾ, ਹੈ ਨਾ, ਅਤੇ ਪੌਦਿਆਂ ਨੂੰ ਪਾਣੀ ਦਿੱਤਾ ਜਾ ਰਿਹਾ, ਅਤੇ ਇਹਨਾਂ ਪੌਦਿਆਂ ਨੇ ਅਸੀਂ ਫੋਟੋ ਖਿਚਾਉਣਾ ਆ, ਵਧੀਆ ਗੱਲ ਹੈ, ਹਰੇ ਭਰੇ ਕਰ ਦਿਉ ਪੌਦੇ। ਪਰ ਸਭ ਤੋਂ ਪਹਿਲਾਂ ਨਾ ਅਸੀਂ ਜਾਂਦੇ ਹਾਂ ਅਤੇ ਮੱਥਾ ਟੇਕਦੇ ਹਾਂ ਗੁਰਦੁਆਰੇ 'ਚ, ਅਤੇ ਫਿਰ ਜਦੋਂ ਨਾ ਲਾਈਟਾਂ ਜਗ ਜਾਣਗੀਆਂ ਨਾ ਉਦੋਂ ਫੋਟੋ ਖਿਚਾਵਾਂਗੇ, ਉਦੋਂ ਅਸਲੀ ਮਜ਼ਾ ਆਉਂਦਾ ਵਾ। ਤਾਂ ਯਾਰ ਹੁਣ ਨਾ ਆਪਾਂ ਗੁਰਦੁਆਰੇ ਪਹੁੰਚ ਗਏ ਹਾਂ, ਅਤੇ ਵੇਖੋ ਕਿੱਡੀ ਛੇਤੀ ਇਹਨੇ ਉਸੇ ਲਈ ਰੁਮਾਲ ਬੰਨ ਲਿਆ, ਵੇਖੋ ਕਿੰਨੇ ਸੰਸਕਾਰੀ ਲੋਕ ਨੇ ਸਾਡੇ ਨਾਲ, ਠੀਕ ਹੈ। ਇਸ ਤਰ੍ਹਾਂ ਸੰਸਕਾਰ ਵਿਖਾਓ, ਅਤੇ ਅਸੀਂ ਪਹਿਲਾਂ ਜੋੜੇ ਘਰ 'ਚ ਨਾ ਜੋੜੇ ਜਮ੍ਹਾਂ ਕਰਾ ਗਈ ਹੈ। ਅਤੇ ਹੁਣ ਨਾ ਅੰਦਰ ਆ ਗਏ, ਅਸੀਂ ਸਭ ਤੋਂ ਪਹਿਲਾਂ ਕਰਾਂਗੇ ਪਰਿਕਰਮਾ, ਠੀਕ ਹੈ, ਅਤੇ ਫਿਰ ਆਪਾਂ ਪੰਜ ਛਿਆਣਾ ਕਰਾਂਗੇ, ਫਿਰ ਮੱਥਾ ਟੇਕਣ ਜਾਵਾਂਗੇ। ਸਭ ਤੋਂ ਪਹਿਲਾਂ ਪਰਿਕਰਮਾ ਕੀਤੀ ਜਾਊਗੀ, ਅਤੇ ਆਹ ਬੰਦਾ ਫੋਨ 'ਚ ਵੜਿਆ ਹੋਇਆ, ਕਿਉਂ ਇਹ ਕੋਈ ਇਹਨੂੰ ਨਹੀਂ ਪਤਾ, ਮਿਸਟਰੀ ਅਨਸੋਲਵਡ। ਤਾਂ ਯਾਰ ਹਾਲੇ ਨਾ ਹੁਣ ਅਸੀਂ ਇੱਥੇ ਆਏ ਸਰੋਵਰ ਲਾਗੇ ਬੈਠੇ ਹਾਂ, ਕਿਉਂਕਿ ਲਾਈਟਾਂ ਨਹੀਂ ਜਗ ਰਹੀਆਂ, ਅਤੇ ਆਵੇ ਅਸੀਂ ਬਸ ਵੇਟ ਕਰ ਰਹੇ ਹਾਂ ਜਿਹੜੀਆਂ ਲੱਗੀਆਂ ਲਾਈਟਾਂ ਉਹ ਜਗਣ, ਅਤੇ ਫਿਰ ਅਸੀਂ ਫੋਟੋ ਖਿੱਚਾਂਗੇ, ਗੁਰਦੁਆਰਿਆਂ ਨੇ ਵੀ ਖਿੱਚਾਂਗੇ, ਆਪਣੇ ਵੀ ਖਿੱਚਾਂਗੇ, ਕਾਫੀ ਵਧੀਆ ਲੱਗੂਗੀਆਂ। ਬਾਕੀ ਯਾਰ ਅਸੀਂ ਨਾ ਹੁਣ ਇੱਥੇ ਬੈਠੇ ਹਾਂ ਅਤੇ ਵੇਟ ਕਰ ਰਹੇ ਹਾਂ ਕਿ ਕਦੋਂ ਲਾਈਟਸ ਆਨ ਹੋਣਗੀਆਂ, ਪਰ ਹਾਲੇ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ, ਹਾਲੇ ਆਰਾਮ ਨਾਲ ਉੱਦਾਂ ਹੀ ਵਿਦਆਊਟ ਲਾਈਟ ਹੈ, ਪਰ ਵੇਖਦੇ ਹਾਂ ਕਿੰਨਾ ਚਿਰ ਲਾਈਟ ਆਨ ਹੁੰਦੀ ਹੈ, ਚਿਰ ਵੇਟ ਕਰਾਂਗੇ ਹੁਣ ਇੱਥੇ। ਐਂਡ ਯਾਰ ਅਸੀਂ ਨਾ ਇੱਥੇ ਤੁਹਾਨੂੰ ਦੱਸਦਾ, ਉਹ ਬਾਥਰੂਮ ਨੇ ਜਿਹੜਾ ਨਵਾਂ ਬਣਿਆ ਉੱਥੇ ਵੀਡੀਓ ਵਗੈਰਾ ਬਣਾ ਰਹੇ, ਫੋਟੋ ਬਣਾ ਰਹੇ, ਬਾਈ ਕਿੰਨੀਆਂ ਮਜ਼ੇਦਾਰ ਜੀ ਆ ਰਹੀਆਂ ਨੇ, ਲਾਈਟਨਿੰਗ ਬੜੀ ਵਧੀਆ ਸੀਗੇ, ਅਤੇ ਹੁਣ ਨਾ ਚੱਲਦੇ ਬਾਹਰ ਨੂੰ ਆਪਾਂ। ਤਾਂ ਯਾਰ ਸਾਡੇ ਨਾਲ ਤਾਂ ਨਾ ਬਹੁਤ ਵੱਡਾ ਹੀ, ਮਤਲਬ ਹਾਸੇ ਵਾਲੀ ਗੱਲ ਹੀ ਹੋ ਗਈ ਕਿ ਸਕੈਮ ਜਿਹੇ ਟਾਈਪ, ਹੈ ਨਾ, ਪ੍ਰੈਂਕ ਹੋ ਗਿਆ ਹੁਣ ਨਾ। ਮੈਂ ਹੀ ਵੇਟ ਕਰ ਰਿਹਾ ਕਿ ਗੁਰਦੁਆਰੇ ਲਾਈਟਾਂ ਜਗਣਗੀਆਂ, ਅਤੇ ਫਿਰ ਅਸੀਂ ਬਲੋ ਉੱਥੇ ਬਣਾਵਾਂਗੇ, ਵੀਡੀਓ ਵਗੈਰਾ ਬਣਾਵਾਂਗੇ, ਫੋਟੋ ਖਿੱਚਾਂਗੇ। ਉਹ ਕਹਿੰਦੇ ਬਾਈ ਲਾਈਟਾਂ ਲਾਈਆਂ ਦਿਵਾਲੀ ਲਈ, ਇਹ ਜਗਣਗੀਆਂ ਦਿਵਾਲੀ ਯਾਰ ਤੋਂ ਇੱਕ ਦਿਨ ਪਹਿਲਾਂ ਬਸ, ਅਤੇ ਜੇਕਰ ਲਾਈਟਾਂ ਫੋਟੋ ਜਾਣੀ ਆਇਆ ਸ਼ਨੀ ਯਾਰ ਸਿੱਧਾ, ਠੀਕ ਹੈ। ਅਤੇ ਹੁਣ ਫਿਰ ਚੱਲਦੇ ਹਾਂ ਵਾਪਸ ਯਾਰ, ਲਾਈਟਾਂ ਲਾਈਟਾਂ ਰਹਿੰਦੇ, ਲਾਈਟਾਂ ਹੀ ਹੋ ਗਈਆਂ ਸਾਡੀਆਂ ਇੱਥੇ। ਯਾਰ ਹੁਣ ਨਾ ਜਿਹੜੀਆਂ ਪਿੱਛੇ ਲਾਈਟਾਂ ਨਹੀਂ ਦਿਖਦੀਆਂ, ਇਹਨਾਂ ਨਾਲ 2-4 ਫੋਟੋਆਂ ਖਿਚਾ ਕੇ, ਅਤੇ ਹੁਣ ਨਾ ਅਸੀਂ ਘਰੇ ਚੱਲੇ ਹਾਂ, ਅਤੇ ਘਰੋਂ ਫੋਨ ਵੀ ਆਉਣ ਡਿਆ ਪਿਆ, ਅਤੇ ਫਟਾਫਟ ਚੱਲਦੇ ਹਾਂ। ਬਾਕੀ ਨਾ ਯਾਰ ਬਾਥਰੂਮ ਜਿਹੜਾ ਨਵਾਂ ਬਣਿਆ ਨਾ, ਉੱਥੇ ਫੋਟੋਆਂ ਖਿਚਾਈਆਂ, ਉਹ ਹੈ ਕਿਸੇ ਐਂਗਲ ਤੋਂ ਲੱਗਦੇ ਨਹੀਂ ਅਸੀਂ ਗੁਰਦੁਆਰੇ ਫੋਟੋ ਖਿਚਾਈ ਹੋਣਗੇ, ਜਦੋਂ ਅਸੀਂ ਉੱਥੇ ਅਪਲੋਡ ਕਰਾਂਗੇ ਹੁਣ ਮੇਰੇ ਤੋਂ ਸਾਰਿਆਂ ਨੇ ਪੁੱਛਣਗੇ ਕਿੱਥੇ ਹਾਂ ਕਿੱਥੇ ਹਾਂ, ਫਿਰ ਦੱਸੂਗਾ ਗੁਰਦੁਆਰੇ 'ਚ। ਪਹਿਲਾਂ ਤਾਂ ਮੰਨੂਗਾ ਨਹੀਂ ਕੋਈ ਹੈ, ਪਰ ਵਧੀਆ ਜਗ੍ਹਾ ਬਣੀ ਹੁਣ। ਯਾਰ ਹੁਣ ਨਾ ਬੋਬੀ ਨੂੰ ਛੱਡ ਕੇ ਤਾਂ ਆਪਾਂ ਆ ਗਏ ਹਾਂ, ਬੋਬੀ ਆਪਣੇ ਘਰੇ ਚਲੇ ਗਿਆ, ਮੈਂ ਹੁਣ ਆਪਣੇ ਘਰੇ ਜਾਂਦੇ ਹਾਂ। ਮੈਂ ਵਾਹਵਾ ਲੇਟ ਹੋ ਗਿਆ ਅੱਜ, ਉਹ ਲਾਈਟ ਦੇ ਕਰਕੇ ਹੋ ਗਿਆ, ਸਾਨੂੰ ਲੱਗਾ ਸੀ ਲਾਈਟ ਜਗੂ, ਪਰ ਜਗੀ ਨਹੀਂ, ਤਾਂ ਹੁਣ ਫਿਰ ਘਰੇ ਚੱਲਦੇ ਹਾਂ ਆਪਾਂ, ਪਹੁੰਚ ਚੱਲੇ ਹਾਂ। ਹੁਣ ਕੋਈ ਨਹੀਂ, ਫਿਰ ਕਿਸੇ ਦਿਨ ਸਹੀ ਲਾਈਟਾਂ ਨਾਲ ਅਸੀਂ ਸ਼ਨੀਵਾਰ ਜਾਂ ਐਤਵਾਰ ਚੱਲਾਂਗੇ ਫੋਟੋਆਂ, ਲਾਲ ਘਰੇ ਚੱਲੇ, ਵਾਹਵਾ ਲੇਟ ਹੋ ਗਿਆ ਮੈਂ। ਚਲੋ ਯਾਰ ਅੱਜ ਦੇ ਵਲੋਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ, ਹੁਣ ਆਪਾਂ ਇਹ ਘਰੇ, ਅਤੇ ਹੁਣ ਆ ਕੇ ਰੋਟੀ ਪਾਣੀ ਖਾਂਦੇ ਹਾਂ। ਜੇਕਰ ਵਲੋਗ ਚੰਗਾ ਲੱਗਿਆ ਹੋਵੇ ਸਬਸਕ੍ਰਾਈਬ